ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਲੈਕਚਰ ਰਣਜੀਤ ਸਿੰਘ ਮੁਲਤਾਨੀ ਅਤੇ ਸਾਡੇ ਬਹੁਤ ਹੀ ਪਿਆਰੇ ਯੂਟਿਊਬ ਚੈਨਲ ਮਾਈ ਹੋਮਲੈਂਡ ਪਿੰਡ ਬੱਸੀ ਜੈਦ ਦੇ ਸਾਰੇ ਮੈਂਬਰਸ ਅਤੇ NRI ਵੀਰਾਂ ਨੂੰ ਬਹੁਤ ਹੀ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ। ਸਾਡੇ ਬਹੁਤ ਹੀ ਪਿਆਰੇ ਵੀਰ ਗਜਿੰਦਰਜੀਤ ਸਿੰਘ ਸੋਨੂੰ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਕੋਲ ਕੀ ਹੁੰਦਾ ਸੀ ਦਾ ਇੱਕ ਸਵਾਲ ਪੁੱਛਿਆ ਸੀ, ਤਾਂ ਉਸ ਦੇ ਸੰਬੰਧ ਵਿੱਚ ਮੈਂ ਆਪ ਜੀ ਦੇ ਨਾਲ ਇਸ ਸਥਾਨ ਦਾ ਥੋੜ੍ਹਾ ਜਿਹਾ ਇਤਿਹਾਸ ਸਾਂਝਾ ਕਰਨਾ ਚਾਹੁੰਦਾ ਹਾਂ। ਇਸ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਪੁਰਾਣੇ ਬਹੁਤ ਹੀ ਵੱਡੇ ਪਿੱਪਲ ਦੇ ਕੋਲ ਗਲੀ ਵਾਲੇ ਪਾਸੇ ਇੱਕ ਸਾਫ ਸੁਥਰੇ ਪੀਣ ਵਾਲੇ ਪਾਣੀ ਦੀ ਖੂਹੀ ਹੁੰਦੀ ਸੀ, ਜੋ 1947 ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਸੀ। ਸਾਡੇ ਪਿੰਡ ਦੇ ਵਿੱਚ ਮੁਸਲਮਾਨ ਬਰਾਦਰੀ ਬਾਹਲੀ ਵੱਸਦੀ ਸੀ ਅਤੇ ਕੁਝ ਕੁ ਘਰ ਹਰਿਜਨਾਂ ਦੇ ਹੁੰਦੇ ਸਨ। ਇਹ ਖੂਹੀ ਮੁਸਲਮਾਨ ਵੀਰਾਂ ਵੱਲੋਂ ਹੀ ਬਣਾਈ ਗਈ ਲੱਗਦੀ ਹੈ। ਸਾਰਾ ਪਿੰਡ ਇਸ ਖੂਹੀ ਤੋਂ ਪਾਣੀ ਭਰਦੇ ਸਨ ਘਰ ਵਿੱਚ ਵਰਤਣ ਵਾਸਤੇ ਅਤੇ ਨਹਾਉਣ ਧੋਣ ਵਾਸਤੇ ਪਾਣੀ ਇਸ ਖੂਹੀ ਤੋਂ ਹੀ ਲਿਜਾਂਦੇ ਸਨ। 1947 ਦੀ ਵੰਡ ਤੋਂ ਬਾਅਦ ਵੀ ਇਸ ਖੂਹੀ ਦੀ ਵਰਤੋਂ ਹੁੰਦੀ ਰਹੀ ਅਤੇ ਤਕਰੀਬਨ ਜਦੋਂ ਪੀਣ ਵਾਲੇ ਪਾਣੀ ਵਾਸਤੇ ਨਲਕੇ ਲੱਗਣੇ ਸ਼ੁਰੂ ਹੋਏ ਤਾਂ ਇਸ ਦੀ ਵਰਤੋਂ ਘੱਟ ਗਈ ਅਤੇ ਹੌਲੀ ਹੌਲੀ ਇਸ ਨੂੰ ਪੂਰ ਦਿੱਤਾ ਗਿਆ। ਇਸ ਸਥਾਨ ਦੀ ਇੱਕ ਹੋਰ ਵੀ ਅਹਿਮ ਮਹੱਤਤਾ ਹੈ, ਇਹ ਵੀ ਹੈ ਕਿ ਇਸ ਸਥਾਨ ਦੇ ਉੱਤੇ ਬਾਜ਼ੀਗਰ ਬਾਜ਼ੀ ਵੀ ਪਾਉਂਦੇ ਰਹੇ ਅਤੇ ਸਾਡੇ ਪਿੰਡ ਦੇ ਲੋਕ ਬੜੇ ਸ਼ੌਂਕ ਨਾਲ ਬਾਜ਼ੀ ਪੈਂਦੀ ਵੇਖਦੇ ਹੁੰਦੇ ਸਨ। ਅਸੀਂ ਵੀ ਉਦੋਂ ਬਹੁਤ ਛੋਟੇ ਹੁੰਦੇ ਸੀ ਜਦੋਂ ਅਸੀਂ ਬਾਜ਼ੀ ਪੈਂਦੀ ਵੇਖਦੇ ਸੀ। ਇੱਕ ਵਾਰੀ ਤਾਂ ਕਲੇਜਾ ਕੰਮ ਜਾਂਦਾ ਜਦੋਂ ਇੱਕ ਆਦਮੀ ਨੇ ਦੌੜ ਕੇ ਆਉਣਾ ਅਤੇ ਜੰਪ ਲੈ ਕੇ ਇਤਨੀ ਉੱਚੀ ਛਲਾਂਗ ਮਾਰ ਕੇ, ਇੱਕ ਬਹੁਤ ਹੀ ਉੱਚੀ ਪੌੜੀ ਗੱਡੀ ਹੁੰਦੀ ਸੀ ਜਿਸ ਤੋਂ ਟੱਪ ਕੇ ਦੂਜੇ ਪਾਸੇ ਜਾ ਕੇ ਡਿੱਗਦੇ ਸੀ, ਬਈ ਇਹ ਤਾਂ ਬਹੁਤ ਹੀ ਕਮਾਲ ਸੀ। ਇਸ ਤਰ੍ਹਾਂ ਦੀ ਬਾਜ਼ੀ ਅੱਜ ਤੱਕ ਅਸੀਂ ਕਦੀ ਵੀ ਨਹੀਂ ਪੈਂਦੀ ਵੇਖੀ। ਸੋ ਇਸ ਸਥਾਨ ਦੀ ਇੱਕ ਮਹੱਤਤਾ ਹੋਰ ਵੀ ਬਹੁਤ ਜ਼ਿਆਦਾ ਹੈ ਕਿ ਵੰਡ ਤੋਂ ਬਾਅਦ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੁੰਦੀ ਸੀ ਅਤੇ ਲੋਕ ਆਪਣੇ ਘਰਾਂ ਤੋਂ ਮੰਜੀਆਂ ਲੈ ਕੇ ਅਤੇ ਇਸ ਸਥਾਨ 'ਤੇ ਉੱਤੇ ਆ ਜਾਂਦੇ ਸਨ। ਉਦੋਂ ਇਹ ਪ੍ਰਾਇਮਰੀ ਸਕੂਲ ਹੋਇਆ ਕਰਦਾ ਸੀ ਅਤੇ ਲੋਕ ਦੁਪਹਿਰ ਇੱਥੇ ਕੱਟਦੇ ਸਨ ਕਿਉਂਕਿ ਇੱਥੇ ਦਰਖਤ ਕਾਫੀ ਸਨ ਅਤੇ ਸ਼ਾਮ ਬੜੀ ਸੰਘਣੀ ਹੁੰਦੀ ਸੀ। ਕਾਫੀ ਲੋਕ ਇੱਥੇ ਤਾਸ਼ ਵੀ ਖੇਡਦੇ ਹੁੰਦੇ ਸਨ ਅਤੇ ਹੋਰ ਵੀ ਖੇਡਾਂ ਖੇਡਦੇ ਸਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।